ओ माता शारदा शारदा माता गलती हो गई गलती हो गई गलती हो गई मैं आखा कुड़ी तू मेरा फोन ही नहीं चक्या संगा कट्टी गई मूरो फोन तू ओ कहंदी भैणे मेरी गल सुन ले मेरा मुंडा खड़ी नहीं छड़दा किसे वेले फोन दा पता नहीं किन्नियां कि गेमां डाउनलोड करी बैठे जदों इह कहंदी मेरे मोबाइल ते गेम खेडदा होवे मैनूं तां कहंदी भैणे दसदा वी नहीं वी किहदा फोन आया किहदा ना मूरो कट दिंदा है अच्छा तां ही फिर नहीं पुछ ना मोबाइलां नाल तां बाला ही माहौल जिहा खराब करिया पिया है होर जदों असीं छोटे छोटे हुंदे सी ओ तां मोबाइल इह है नहीं ते चले नहीं ते ओ तां टावे टावे घर दे आठ तारा आए टेलीफोन होंदे ते सारे पिंड च मैं लगदा है पांच सत घरां दे लगे होणगे तकड़े तकड़े दे साडे वेले ते पुत्त ओ भी है नहीं सी कोई सुख सुनेहा नहीं आउंदा सी भैण भाई दा जदों नमेरे ते कां बोलदा उदों ऐ खुशी चढ़ जांदी वी अज कोई भैण भाई आऊगा उदों तां पुत्त रिश्तेदार घरे आउण दा वखरा ही चाह हुंदा सी हुण तां तैनूं सही दसां ना चाह ही खत्म हो गया हुण तां अगला पहली फोन ते दस दिंदा है वी कल नूं असीं आवांगे अद्धा चाह तां उहदी खत्म हो जांदा है हां गल तां तेरी ठीक है बेबे उह टाइम वधिया हुंदा सी बेबे उह टाइम तां बाला ही वधिया सी पुत्त सुखपाल हुण तां बेड़े ही गर्क हो गया हुण तां ब्याह वी पैलसां च होण लग गए पहलां घरां च ब्याह हुंदे पुत्त रिश्तेदार आ जांदे कई कई दिन पहलां आंढ गुआंढ च मंजे बिस्तरे इकट्ठे करदे ओ तो सुरग ती सुरग हुण तो लोग नरक भोगी जांदे ने शुद्ध खुराकां हुंदियां लम्मियां उमरां हुंदियां हुण तो जहर नाल ढिड भरदे आपां हां गल तां तेरी ठीक है बेबे हरेक चीज च जहर अजकल तां बहुत माड़ा जमाना आ गया बेबे माड़ा जमाना कहा बड़ा कहा मैं तैनूं दसी ते जानी आ नरक भोगी जांदे ने लोग नरक होर नरक सुरग की हुंदा है आही हुंदा है लोकां ने कुदरत नाल छेड़छाड़ करी परमात्मा ने नतीजा दिखाता ब्याहां नूं तां की रौनकां हुंदियां जदों दो मंजे जोड़ के कोठे ते स्पीकर ला आंदे देख ला उदों की माहौल हुंदा सी जदों सुखपाल जूणे मोड़ दा तवा ला दिंदे उदों तां पुत्त जमी रौनकां लग जांदियां लड्डूआं दा कड़ाहा ना सी मिंटो मिंट ही वट दिंदियां अच्छा बेबे हां ओ जस्सा भी आ गया ਕਿ ਵਾਲੀ ਮੁੜਕੇ ਹੋਏ ਫਿਰਦੇ ਉਹ ਗਰਮੀ ਵਾਲੀ ਦੀ ਹੋਰ ਅੱਜ ਤਾਂ ਰਿਕਾਰਡ ਤੋੜਤਾ ਗਰਮੀ ਨੇ ਹੋਰ ਇਹ ਕੱਪੜੇ ਤਾਂ ਉਹੀ ਭੇਜੇ ਜਾਂਦੇ ਨੇ ਮਾੜੇ ਜਿਹੇ ਨਾਲ ਹਾਂ ਹਾਂ ਕਾਟਨ ਚ ਹੁੰਦੇ ਨਾ ਇਹ ਤਾਂ ਕਰਕੇ ਭੇਜ ਜਾਂਦੇ ਨੇ ਨੰਬਰਦਾਰਾਂ ਦੇ ਬਾਹਰ ਚ ਗੱਡੀਆਂ ਜਾਂ ਖੜੀਆਂ ਤੀ ਬੇਬੇ ਪਤਾ ਨਹੀਂ ਕੀ ਪ੍ਰੋਗਰਾਮ ਉਹਨਾਂ ਦੇ ਅੱਜ ਅੱਛਾ ਬਖਤੌਰੇ ਦੀ ਕੁੜੀ ਦਾ ਚੁੰਨੀ ਚੜਾਵਾ ਕਰਨਗੇ ਮੈਨੂੰ ਬੂਟੇ ਬਹੁਤ ਦੱਸਦੀ ਤੇ ਆਪਣੇ ਬਾਹਰ ਕੋਈ ਲੰਘੀ ਜਾਂਦੀ ਸੀ ਆਏ ਤਾਂ ਉਹ ਦੇਖਣ ਸੀ ਕੁੜੀ ਉਹਨਾਂ ਦੀ ਪਸੰਦ ਆ ਗਈ ਕੁੜੀ ਬਾਲੀ ਸੋਹਣੀ ਹੈ ਨਾ ਉਹਨਾਂ ਦੀ ਉਹ ਕਹਿੰਦੇ ਚੁੰਨੀ ਚੜਾ ਕੀ ਰਹਿ ਜਾਣੇ ਅਸ ਤਾਂ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਹੈ ਨਾ ਅੱਛਾ ਤਾਂ ਹੀ ਫਿਰ ਹਾਂ ਤਾਂ ਹੀ ਫਿਰ ਲੱਸ ਉਹ ਲੈ ਗਏ ਚਲ ਵਧੀਆ ਬਣ ਗਿਆ ਵਿਚਾਰਾ ਦਾ ਕੁੜੀ ਸੋਹਣੀ ਸੀ ਰੱਖੀ ਸੁੱਖ ਨਾਲ ਚਲ ਵਧੀਆ ਹੋ ਗਿਆ ਖਰਚਾ ਬਚ ਗਿਆ ਇਹਨਾਂ ਦਾ ਪਹਿਲਾਂ ਵਾਲੀ ਕੁੜੀ ਦੇ ਵਿਆਹ ਵੇਲੇ ਬਥੇਰਾ ਖਰਚ ਹੋ ਗਿਆ ਇਹਨਾਂ ਦਾ ਹਾਂ ਉਦੋਂ ਖਾਸਾ ਇਕੱਠ ਕਰ ਲਿਆ ਸੀ ਇਹਨਾਂ ਨੇ ਉਦੋਂ ਇਹਨਾਂ ਨੇ ਫਿਰ ਤਕੜਾ ਵਿਆਹ ਕਰਿਆ ਸੀ ਪੁੱਤ ਚਲਾਂ ਪਾਣੀ ਲੈ ਕੇ ਆਉਣੀ ਆ ਕੱਠ ਵੱਠ ਪੂਰਾ ਤੇ ਉਹ ਤਾਂ ਹਾਂ ਪੂਰਾ ਕੱਠ ਸੀ ਉਸ ਖਾੜੇ ਲੱਗੇ ਨੇ ਜਦੋਂ ਦੋ ਹਾਂ ਇੱਕ ਵਿਆਹ ਚ ਹੀ ਦਵਾਲਾ ਨਿਕਲ ਜਾਂਦਾ ਅਗਲੇ ਦਾ ਹੋਰ ਖਰਚ ਕਿਹੜਾ ਥੋੜਾ ਹੁੰਦਾ ਬਹੁਤ ਹੀ ਬਹੁਤ ਔਖੇ ਨੇ ਵਿਆਹ ਕਰਨੇ ਨਾਲੇ ਪਹਿਲੇ ਵਿਆਹ ਚ ਤਾਂ ਅਗਲਾ ਕਰਦਾ ਹੀ ਆ ਇਕੱਠ ਹੋਰ ਇੱਕ ਵਿਆਹ ਚ ਕਰ ਲਿਆ ਚਲ ਹੁਣ ਸਾਦਾ ਕਰ ਲਿਆ ਅਗਲੇ ਨੇ ਹੁਣ ਲੋਕ ਸਿਆਣੇ ਹੋ ਗਏ ਥੋੜੇ ਜਿਹਾ ਵੱਧ ਫਿਰ ਮਹਿੰਗਾਈ ਬਹੁਤ ਵੱਧ ਗਈ ਹੋਰ ਮਹਿੰਗਾਈ ਨੇ ਕਰਤੇ ਲੋਕ ਸਿਆਣੇ 100 ਚੀਜ਼ਾਂ ਕਰਨੀਆਂ ਪੈਂਦੀਆਂ ਅਗਲੇ ਨੂੰ ਸਭ ਕੁਝ ਬਚ ਰਹਿੰਦਾ ਨਾ ਕਿਸੇ ਖਾਦਾ ਪੀਤਾ ਜਾਵੇ ਨਾ ਵਾਸਤਾ ਡੋਲੀ ਜਾਂਦੇ ਨੇ ਫਿਰ ਕੜਾਹਾਂ ਦੇ ਕੜਾਹੇ ਥੋੜਾ ਕਰ ਲੈ ਤਾਂ ਵੀ ਲੋਕਾਂ ਨੇ ਟਕਾਰ ਮਾਰਨੀ ਹੈ ਹਾਂ ਜੇ ਕਰਦੇ ਕਰ ਲੈ ਤਾਂ ਵੀ ਮਾਰਨੀ ਹਾਲੋ ਇੰਨੀਆਂ ਚੀਜ਼ਾਂ ਤਾਂ ਉਹੀ ਨਹੀਂ ਖਾਧੀਆਂ ਜਾਂਦੀਆਂ ਟੇਸਟ ਵੀ ਨਹੀਂ ਦੇਖੀ ਤਾਂ ਹੋਰ ਲਿਓ ਚਲ ਫਿਰ ਨਹਾ ਲਓ ਤੁਸੀਂ ਕੱਪੜੇ ਬਦਲ ਲਓ ਨਾ ਨਾ ਹੋਰ ਕਿਵੇਂ ਆ ਸੁਖਪਾਲ ਠੀਕ ਹੈ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇਰੀ ਬੇਬੇ ਕੁੜੇ ਅੰਦਰ ਹੀ ਹੈ ਹਜੇ ਲਾਈਟ ਜੀ ਵੱਗ ਗਈ ਤੇ ਉਹ ਮੱਝਾਂ ਵਾਲੇ ਚ ਮੰਜਾ ਡਾ ਕੇ ਬਹਿ ਗਈ ਹਰ ਕੇ ਅੱਛਾ ਹੋਰ ਗਰਮੀ ਬੜੀ ਹੋ ਰਹੀ ਹੈ ਕਿ ਤਾਂ ਹੋਰ ਆ ਜੀਰੀਆਂ ਕਰਕੇ ਖੇਤਾਂ 'ਚ ਲਾਈਟ ਛੱਡ ਦਿੰਦੇ ਨਾ ਹੋਰ ਆਓ ਬੈਠੀ ਹੈ ਆ ਜਾ ਭੈਣੇ ਆ ਜਾ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਹੋਰ ਠੀਕ ਠਾਕ ਹੋ ਵਧੀਆ ਠੀਕ ਹੈ ਤੂੰ ਸੁਣਾ ਹਾਂ ਠੀਕ ਹੈ ਬਸ ਮੈਂ ਤਾਂ ਇੱਧਰ ਲੰਘੀ ਜਾਂਦੀ ਤੀ ਜੀਤੇ ਕੇ ਆਈ ਤੀ ਮੈਂ ਹਾਲੇ ਚੱਲ 10 ਮਿੰਟ ਇੱਧਰ ਵੀ ਹੋ ਜਾ ਚੱਲ ਵਧੀਆ ਕਰਿਆ ਮਿਲ ਜਾਏਗੀ ਹੋਰ ਹੋਰ ਚਾਚੀ ਪਾਣੀ ਲਿਆਵਾਂ ਲਿਆ ਦੇ ਪੁੱਤ ਪਾਣੀ ਗਰਮੀ ਵਾਲੀ ਹੈ ਹੋਰ
ਹੋਰ ਸੁਣਾ ਭੈਣੇ ਕੀ ਹਾਲ ਹੈ? ਬਸ ਠੀਕ ਹੈ ਭੈਣੇ, ਵਧੀਆ ਹੈ, ਤੂੰ ਸੁਣਾ? ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ। ਹੋਰ ਬੁੱਗੜ ਦਾ ਕੀ ਹਾਲ ਹੈ? ਪਰਤ ਪਾਉਣ ਗਿਆ ਹੋਇਆ ਕਿਸੇ ਦੇ, ਉਹ ਵੀ ਵਿੱਚ ਵਿਚਾਲੇ ਫਸਿਆ ਪਿਆ ਵਿਚਾਰਾ, ਨਾਲੇ ਤਾਂ ਇੱਧਰ ਖੇਤੀ ਦਾ ਦੇਖਣਾ ਪੈਂਦਾ, ਨਾਲੇ ਉੱਧਰੋਂ ਟਰੈਕਟਰ ਟਰਾਲੀ ਲੈ ਲਿਆ। ਹਾਂ ਇਹ ਤਾਂ ਗੱਲ ਹੈਗੀ ਹੈ, ਉਹ ਟਰੈਕਟਰ ਟਰਾਲੀ ਦਾ ਕੰਮ ਤਾਂ ਉਹਦਾ ਸੁੱਖਣਾ ਵਧੀਆ ਚੱਲ ਪਿਆ। ਹਾਂ ਕੰਮ ਤਾਂ ਖੈਰ ਵਧੀਆ ਚੱਲ ਪਿਆ, ਜੱਸਾ ਤਾਂ ਖੇਤ ਹੋਊਗਾ ਹੈ ਨਾ? ਹਾਂ ਭੈਣੇ ਉਹ ਤਾਂ ਖੇਤ ਹੈ। ਅੱਛਾ ਅੱਛਾ ਚੱਲ ਜੱਸਾ ਵਿਚਾਰਾ ਮੁੰਡਾ ਭਗਤ ਹੈ, ਵਧੀਆ ਜਮਾਈ ਮਿਲ ਗਿਆ ਤੈਨੂੰ, ਸਾਰਾ ਕੰਮ ਕਾਰ ਸਾਂਭ ਲਿਆ ਤੇਰਾ ਖੇਤੀ ਪੱਤੀ ਦਾ। ਚੱਲ ਇਹਨੂੰ ਵੀ ਸੌਖਾ ਹੋ ਗਿਆ, ਦੋ ਭਾਈਆਂ ਨੂੰ 2.5 ਕਿੱਲੇ ਜ਼ਮੀਨ ਦਿੱਤੀ, 1.25 ਕਿੱਲੇ ਹੀ ਆਉਂਦਾ ਸੀ ਵਿਚਾਰਿਆਂ ਨੂੰ। ਹੋਰ ਵਿਚਾਰਿਆਂ ਦੇ ਮਾਂ ਪਿਓ ਰਹੇ ਨਹੀਂ ਸੀ, ਦੋਨੇ ਭਾਈ ਰਹਿ ਗਏ ਸੀ ਬਸ, ਇੱਧਰ ਆਪਣੇ ਘਰੇ ਵੀ ਬੰਦਾ ਹੈ ਨਹੀਂ ਸੀ ਕੋਈ, ਪਾਲ ਦਾ ਬਾਪੂ ਤੁਰ ਗਿਆ ਟਾਈਮ ਨਾਲ, ਉੱਧਰੋਂ ਭੈਣੇ ਗੱਭਰੂ ਪੁੱਤ ਮੁੱਕ ਗਿਆ। ਹਾਂ ਸੇਮੇ ਤਾਂ ਵਿਚਾਰੇ ਦੀ ਉਮਰੇ ਕੁਛ ਨਹੀਂ ਸੀ, ਹੋਰ 15-16 ਸਾਲ ਦੀ ਉਮਰੀ ਸੀ, ਉਹ ਤਾਂ ਰੱਬ ਨੇ ਬਾਹਲੀ ਕਹਿਰ ਢਾਇਆ ਤੇਰੇ ਤੇ। ਕੀ ਹੋ ਗਿਆ? ਹੋਇਆ ਤਾਂ ਕੁਛ ਨਹੀਂ ਪੁੱਤ, ਮੈਂ ਤਾਂ ਸੇਮੇ ਦੀ ਗੱਲ ਕਰਦੀ ਸੀ ਵੀ ਪਰਮਾਤਮਾ ਛੋਟੀ ਉਮਰ 'ਚ ਹੀ ਲੈ ਗਿਆ ਉਹਨੂੰ। ਚਾਚੀ ਪਰਮਾਤਮਾ ਦੀ ਮਰਜ਼ੀ, ਮੇਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਹਾਂ ਪੁੱਤ ਜ਼ੋਰ ਤਾਂ ਉਹਨੂੰ ਰਾਜੀ ਲੱਗਿਆ ਉਵੇਂ ਕਰ ਲਿਆ ਨੇ, ਜ਼ੋਰ ਤਾਂ ਕੀ ਹੈ ਪੁੱਤ, ਪਰ ਕਰਿਆ ਤਾਂ ਪਰਮਾਤਮਾ ਨੇ ਧੱਕੀ ਹੈ ਸਾਡੇ ਨਾਲ, ਜਵਾਕ ਨੇ ਅਜੇ ਦੇਖਿਆ ਕੀਤੀ ਮੇਰੇ ਭਰਾ ਨੇ। ਉਹੀ ਤਾਂ ਗੱਲ ਹੈ ਪੁੱਤ, ਚੱਲ ਮੇਰੇ ਪੁੱਤ ਨੇ ਤਾਂ ਮੁੜ ਕੇ ਨਹੀਂ ਆਉਣਾ, ਜੱਸੇ ਨੇ ਵਿਚਾਰੇ ਨੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੈਨੂੰ ਉਹਦੀ, ਕਦੇ ਬਹੁਤ ਧਿਆਨ ਰੱਖਦਾ ਭੈਣੇ ਮੇਰਾ, ਜੇ ਬਿਮਾਰ ਠਮਾਰ ਹੋ ਜਾ ਭੱਜ ਕੇ ਦਵਾਈ ਦਵਾ ਕੇ ਲਿਆਉਂਦਾ ਵਿਚਾਰਾ। ਉਹ ਤਾਂ ਗੱਲ ਤੇਰੀ ਠੀਕ ਹੈ, ਮੁੰਡਾ ਤਾਂ ਸਾਨੂੰ ਵਧੀਆ ਮਿਲ ਗਿਆ, ਚੱਲ ਉਹਦੀ ਵੀ ਜ਼ਿੰਦਗੀ ਬਣ ਗਈ, 5 ਕਿੱਲਿਆਂ ਦਾ ਮਾਲਕ ਬਣ ਗਿਆ। ਉਹ ਤਾਂ ਬਣਨਾ ਹੀ ਸੀ ਭੈਣੇ, ਫਿਰ ਮੈਂ ਤਾਂ ਵਿਚੋਲੇ ਦੇ ਹੁਣ ਤੀਕਰ ਗੁਣ ਗਾਉਂਦੀ ਹਾਂ, ਜਿਹਨੇ 10 ਪਾਈ ਤੀ ਸਾਨੂੰ, ਨਾਲੇ ਫਿਰ ਰਿਸ਼ਤਾ ਕਰਾਇਆ। ਹਾਂ ਗੱਲ ਤਾਂ ਤੇਰੀ ਸਹੀ ਹੈ ਭੈਣੇ, ਗੁਣ ਤਾਂ ਫਿਰ ਗਾਉਣੇ ਹੀ ਸੀ। ਚੰਗਾ ਭੈਣੇ ਫਿਰ ਮੈਂ ਚੱਲਦੀ ਹਾਂ। ਚਾਚੀ ਅੰਦਰ ਅੰਦਰ ਤਾਂ ਪੂਰੀ ਔਖੀ ਹੈ ਵੀ ਗਰਮੇਲੇ ਨੂੰ ਜਮਾਈ ਵਧੀਆ ਮਿਲ ਗਿਆ। ਹਾਂ ਫਿਰ ਇਹਦਾ ਜਮਾਈ ਸ਼ਰਾਬ ਪੀਂਦਾ ਨਾ, ਹੋਰ ਇਹਦਾ ਜਮਾਈ ਖਾਂਦਾ ਪੀਂਦਾ, ਤਾਂ ਔਖੀ ਹੈ ਇਹ। ਸਹੀ ਗੱਲ ਹੈ ਬੇਬੇ, ਆਪਣਾ ਚੰਗਾ ਨਹੀਂ ਸੋਚ ਸਕਦੀ ਇਹ। ਹਾਂ ਉਈ ਆ ਜਾਂਦੀ ਆਪਦਾ ਪਣ ਜਾ ਦਿਖਾਉਣਾ। ਹੋਰ ਇਹ ਤਾਂ ਹੈ। ਓਕੇ ਮਹਿੰਦਰ। ਹੋਰ ਬਾਈ ਜੱਸੇ ਕੀ ਹਾਲ ਹੈ? ਵਧੀਆ ਵਧੀਆ, ਤੂੰ ਦੱਸ? ਠੀਕ ਠਾਕ, ਹੋਰ ਠੀਕ ਹੈ? ਹਾਂ ਹਾਂ ਵਧੀਆ। ਉਹ ਮੈਂ ਤਾਂ ਬਾਈ ਤੇਰੇ ਕੋਲੇ ਆਉਣੀ ਸੀਗਾ। ਅੱਛਾ। ਮੈਂ ਵੀ ਇਹੀ ਪਿੰਡ 'ਚ ਰਹਿਣ ਲੱਗ ਗਿਆ, ਘਰ ਲੈ ਲਿਆ ਗਹਿਣੇ। ਅੱਛਾ ਹੋਰ? ਇੱਕ ਮਿੰਟ ਚੱਪਲ ਚੱਕ ਲਾ। ਅੱਛਾ ਆ ਜਾ ਬਰਾ, ਹਜਾ ਮੜਾ ਜਾ ਇੱਧਰ ਆ ਜਾ। ਹੋਰ ਸੁਣਾ, ਵਧੀਆ ਪਰਿਵਾਰ? ਹਾਂ ਹਾਂ ਵਧੀਆ ਬਾਈ ਵਧੀਆ। ਚਲੋ ਵਧੀਆ ਚਾਹੀਦਾ, ਫਿਰ ਤਾਂ ਵਧੀਆ ਹੋ ਗਿਆ ਪਤੰਦਰ, ਮੇਰੇ ਪਿੰਡ ਦਾ ਬੰਦਾ ਆ ਗਿਆ ਮੇਰੇ ਕੋਲੇ। ਹੋਰ ਹੋਰ, ਉੱਥੇ ਤਾਂ ਫਿਰ ਤੈਨੂੰ ਪਤਾ ਹੀ ਹੈ ਸਾਡਾ ਭਾਈਆਂ ਦਾ ਰਹਿੰਦਾ ਸੀ ਕਲੇਸ਼, ਛੋਟਾ ਜਿਹਾ ਮਕਾਨ ਸੀ, 4 ਹਿੱਸੇ ਉਹਦੇ ਹੋ ਨਹੀਂ ਸਕਦੇ ਸੀ, ਫਿਰ 2 ਭਾਈਆਂ ਨੇ ਘਰ ਰੱਖ ਲਿਆ, 2 ਭਾਈਆਂ ਨੂੰ ਪੈਸੇ ਦੇ ਤੇ ਸਾਨੂੰ ਜਿੰਨੇ ਬਣਦੇ ਸੀ ਹਿੱਸੇ ਦੇ। ਅੱਛਾ ਹਾਂ, ਫਿਰ ਮੇਰੇ ਘਰ ਵਾਲੀ ਕਹਿੰਦੀ ਆਪਾਂ ਬੱਪੀ ਵਾਲੇ ਮਕਾਨ ਦੇਖ ਲੈਣੇ ਗਹਿਣੇ ਤੇ, ਥੋੜਾ ਜਿਹਾ ਨੂੰ ਐ ਵੀ ਹੋ ਗਿਆ ਵੀ ਮੈਂ ਆਪਦੇ ਪੇਕਿਆਂ ਦੇ ਨੇੜੇ ਆ ਜੂੰਗੀ। ਮੈਂ ਕਿਹਾ ਚੱਲ ਕੋਈ ਗੱਲ ਨੀ, ਉੱਥੇ ਦੇਖ ਲੈਣੇ ਕੋਈ ਮਕਾਨ। ਅੱਛਾ ਚੱਲ ਵਧੀਆ ਕਰਿਆ, ਇੱਥੇ ਫਿਰ ਕਿਹੜਾ ਲੈ ਲਿਆ ਮਕਾਨ? ਇੱਥੇ ਕੋਈ ਹੁਕਮ ਰੇੜੀ ਵਾਲਾ ਵੱਜਦਾ, ਉਹਦਾ ਮਕਾਨ ਲੈਤਾ। ਹਾਂ ਹਾਂ ਮਕਾਨ ਉਹਨਾਂ ਦਾ ਪਿਆ ਤੀ ਵਿਹਲਾ, ਇੱਕ ਟੋਬੇ ਤੇ। ਹਾਂ ਹਾਂ ਟੋਬੇ 'ਚ ਲਵੀ ਆ। ਚੱਲ ਆ ਤਾਂ ਵਧੀਆ ਹੋ ਗਿਆ, ਮੇਰੇ ਪਿੰਡ ਦਾ ਬੰਦਾ ਮੇਰੇ ਕੋਲ ਆ ਗਿਆ, ਮੈਨੂੰ ਤਾਂ ਬਾਹਲੀ ਖੁਸ਼ੀ ਹੈ। ਹਾਂ ਹੋਰ ਕੋਈ ਦਿਹਾੜੀ ਦੱਪੇ ਵਾਲਾ ਕੰਮ ਹੋਵੇ ਦੱਸਦਿਆ ਕਰ, ਹੋਰ ਵੀ ਦੱਸ ਦੀ ਲਵੇ ਲਾਉਣੇ। ਆਹੋ ਹਾਂ, ਐਂ ਵੀ ਇੱਥੇ ਹੌਲੀ ਹੌਲੀ ਪਤਾ ਲੱਗੂਗਾ ਫਿਰ ਪਿੰਡ 'ਚ ਤਾਂ ਲੋਕਾਂ ਨੂੰ। ਹਾਂ ਕਹਿ ਦਿਆਂਗੇ, ਕੰਮ ਤਾਂ ਤੈਨੂੰ ਦਵਾਵਾਂਗੀ ਜਦੋਂ ਤੂੰ ਮੇਰੇ ਕੋਲ ਆ ਗਿਆ ਚੱਲ ਕੇ, ਕੋਈ ਗੱਲ ਨੀ। ਹਾਂ ਚੱਲ ਚੰਗਾ ਬਾਈ, ਮਿਲਦੇ ਹਾਂ ਫਿਰ। ਹਾਂ ਨਾਲੇ ਤੂੰ ਘਰੇ ਆਈ ਮੇਰੇ ਕੋਲੇ? ਹਾਂ ਆਊਂਗਾ ਲਾਜ਼ਮੀ, ਕੋਈ ਨੀ। ਤੇਰਾ ਘਰ ਜਾ ਕਿੱਧਰ ਰਹਿ ਜਾਂਦਾ? ਘਰ ਤਾਂ ਆਪਣਾ ਅੱਡੇ ਦੇ ਨੇੜੇ ਹੈ, ਰੋਡ ਦੇ ਉੱਤੇ ਹੈ ਬਾਰ ਬਾਰ। ਅੱਛਾ ਹਾਂ ਠੀਕ ਹੈ, ਆ ਜੀ ਕੋਈ ਗੱਲ ਨੀ। ਕੋਈ ਤੇ ਦਿਨੇ ਤਾਂ ਮੈਂ ਖੇਤੀ ਹੁੰਦਾ। ਅੱਛਾ ਅੱਛਾ, ਖੇਤ ਕਿੱਧਰ ਜੀ ਆਪਣਾ? ਖੇਤ ਆਪਣਾ ਸ਼ੈਲਰ ਦੇ ਨਾਲ ਹੈ। ਸ਼ੈਲਰ ਦੇ ਨਾਲ? ਸ਼ੈਲਰ ਦੇ ਨਾਲ ਹੀ ਹੈ ਜਮੀ। ਠੀਕ ਹਾਂ, ਬਾਕੀ ਮੈਂ ਨੰਬਰ ਲਿਖ ਕੇ ਦੇ ਦੇਣਾ ਤੈਨੂੰ, ਫੋਨ ਮਾਰ ਦੀ। ਹਾਂ ਹਾਂ ਕਰ ਲੈ, ਨੰਬਰ ਦੇ ਦੇ। ਨੰਬਰ ਹੈਗਾ ਤੇਰੇ ਕੋਲ? ਫੋਨ ਫੋਨ ਤਾਂ ਹੈਗਾ। ਹਾਂ ਲਿਆ ਫੜਾ ਫਿਰ, ਫੀਡ ਹੀ ਕਰ ਦਿੰਦੇ ਜਮੀ। ਚਲੋ ਫੀਡ ਹੀ ਕਰ।
आ नंबर है ठीक है ठीक है भाई हाँ आ जी लाजमी मेरे को ना ना कोई नहीं मारूं जेड़ा हाँ हाँ जरूर चल ठीक है भाई चंगा जैसे हैं ठीक है ठीक है ठीक है भाई सुखपाल अज मैनू मेरे पिंड का बंदा मिलिया थी इंद्र इतने अपने पिंड ही रहन लग गया वो अच्छा चार भाई है बेचारे वह महत्ड बंदे ने गे चार भाइयों से जो वंड हुई दो जने ने तो घर रख लिया दो पैसे देते उन्होंने हिस्से दे कहना मेरे घर वाली कहती बप्पी ने रहन लग जाने आ हुक्म रेहड़ी वाले का घर नहीं है जो टोबे से ये लेते उन्होंने गहने अच्छा अच्छा चल फिर तो वधिया हो गया सानू साडे पिंड दा बंदा मिल गया हाँ मैं तो बहुत खुशी हुई यार भावे इतने मेरे यार दोस्त बने ही गए पर पिंड दे बंदे दा चा तेन पता अलग ही होंगे हाँ ये तो गल हैगी है ऊँ तो बेचारा वो दिहाड़ी दप्पा ही करता है पर आया भी बिंद झट बह जाता को पिंड दी गल्लां बातां हो जांदियां ने हाँ सही गल है साडी होर चल मैं फिर मक दे दो टोकरे सट्टी आउना मैं हाँ हाँ डिग गए हुण तां मैं इन्हां नूं खवा दिए जिन्ना खा फिर जीरी भी लाउणी ओरे मक वड्ढना सारा चल मैं भी छिड़े कोई लगा खा लिया पहला वाला तां इन्हां ने कच्चा कच्चा मक हुण तां खा लैंदियां ने गेड़ी नहीं बजे कई महीने हो गए पिंड हाल वधिया भाई बस सारा माहौल उवें चली जांदा जिवें तू छड्ड के आया थी अच्छा ਉਹ ਨਹਿਰ ਦੇ ਨਾਲ ਜਿਹੜਾ ਤਖਤ ਪੋਸਟ ਜਿਹਾ ਪਿਆ ਪਿਆ ਉਵੇਂ ਉੱਥੇ ਹਾਂ ਹਾਂ ਉਵੇਂ ਪਿਆ ਬਾਈ ਉਵੇਂ ਲੱਗਦੀਆਂ ਰੌਣਕਾਂ ਤਖਤ ਪੋਸਟ ਤੇ ਅੱਛਾ ਅੱਛਾ ਪੁੱਛ ਨਾ ਭਰਾਵਾ ਯਾਦ ਬਹੁਤ ਆਉਂਦੀ ਹੈ ਪਿੰਡ ਵਾਲਿਆਂ ਦੀ ਬਾਕੀ ਯਾਰ ਕਬੀਲਦਾਰੀਆਂ 'ਚ ਜਾ ਹੀ ਨਹੀਂ ਜਾਂਦਾ ਪਿੰਡ ਇੱਕ ਦੋ ਵਾਰੀ ਗਿਆ ਵੀ ਹਾਂ ਮੈਂ ਤੈਨੂੰ ਪਤਾ ਹੀ ਹੈ ਫਿਰ ਮੇਰੀ ਭਰਜਾਈ ਦੇ ਸੁਭਾਅ ਦਾ ਤਾਂ ਮੇਰੇ ਭਾਈ ਨਾਲ ਰੋਜ਼ ਕਲੇਸ਼ ਰੱਖਦੀ ਹੈਗੀ ਮੇਰੇ ਗਏ 'ਤੇ ਵੀ ਨਫ਼ਰਤ ਜੀ ਨਾਲ ਪੇਸ਼ ਆਈ ਹਾਰ ਕੇ ਮੁੜ ਕੇ ਫਿਰ ਭਰਾਵਾ ਗੇੜਾ ਮਾਰਨੋਂ ਹੀ ਹਟ ਗਏ ਹੋਰ ਕੀ ਕਰੀਏ ਫਿਰ ਅੱਛਾ ਤਾਂ ਹੀ ਮੈਂ ਵੀ ਕਿਹਾ ਵੀ ਜੱਸੇ ਨੇ ਕਦੇ ਗੇੜੀ ਨਹੀਂ ਮਾਰਿਆ ਪਿੰਡ ਉਹ ਬਸ ਤਾਂ ਹੀ ਕਰਕੇ ਨਹੀਂ ਭਰਾਵਾ ਮੈਂ ਤਾਂ ਜਾਂਦਾ ਯਾਰ ਵਾਲਾ ਉਹ ਬਾਈ ਬੰਦੇ ਨੂੰ ਫਿਰ ਹੀਰਖਾ ਜੀ ਹੋ ਜਾਂਦੀ ਹੈ ਵੀ ਜੱਸਾ ਤਾਂ ਲੈ 5 ਕਿੱਲਿਆਂ ਦਾ ਮਾਲਕ ਬਣ ਗਿਆ ਹਾਂ ਇਹ ਗੱਲ ਤੂੰ ਜਮਾ ਸੱਚੀ ਕਰੀ ਹੈਗੇ ਮਚੇਵਾ ਭਾਬੀ ਨੂੰ ਪੁੱਛਣ ਵਾਲਾ ਹੋਵੇ ਭਲੀਏ ਮਾਨਸੇ ਵੀ ਜੇ 5 ਕਿੱਲਿਆਂ ਦਾ ਮਾਲਕ ਬਣ ਗਿਆ ਤੈਥੋਂ ਹਿੱਸਾ ਵੀ ਨਹੀਂ ਮੰਗਿਆ ਮੈਂ 2.5 ਚੋਂ ਨਹੀਂ ਗੀ ਰਹਿੰਦਾ 1.25 ਕਿੱਲਾ ਰਹਿੰਦਾ ਵੀ ਸ਼ੁਕਰ ਮਨਾ ਤੂੰ ਤਾਂ ਵੀ 5 ਕਿੱਲੇ ਮਿਲ ਗਏ ਇਹਨੂੰ ਉੱਥੇ ਹੁਣ ਤਾਂ ਸ਼ੁਕਰ ਕਰਨਾ ਚਾਹੀਦਾ ਸਮਾ ਉਹਦੇ ਪੱਲੇ ਕੀ ਰਹਿ ਜਾਂਦਾ हाँ हाँ ओही तो गल है ये तो भाई तेरी सोच चंगी थी जेड़ा तू उन्होंने हिस्सा दे आया नहीं अजकल कौन दिंदा हिस्सा हिस्सा देते तो चंगा नामदारी देंदे ने मेरे तो भाई ने भी नहीं गुण पाया मेरा हिस्सा दते दा वह भी भरजाई दी उंगलों ते चढ़िया रहिंदा नहीं भाई कह सकदा सीगा भरजाई तो हैगी थी माड़ी भी भाई कोई गल नहीं मेरे को खेत आ जा कर तू ना वो तो भी नहीं आए कहा कहा नहीं उन्हें भी केरा भी नहीं कहा हार के पिंडी छड़ता मैं तो कोई गल नहीं भाई तू साडे कोले आ जा करदा यार बस ऊं नहीं आया मैं तो यार इत्थे भी कम कार च रुझे हुंदे आ ना फिर सारे ही कम देखना पैंदा हाँ ये तो है बई सच एक मिनट मेरी गल सुन बई जस्से मैं तेरे नाल इक गल करनी सी आ जिहड़ा बोगड़ नहीं हैगा ट्रैक्टर ट्राली वाला हाँ ये छोटे सरीके चो ही है हाँ हाँ वो तो मेरा साला लगता है मेरे घर वाली दे चाचे दा मुंडा है अच्छा अच्छा ता ही ओ मैनू कहंदा सी कहना जस्से दे घर वाली दा मेरी भैन लगदी है मेरी गल सुन बई मेरी ओहदे नाल गल होई थी कहंदा तू मेरी जमीन सांभ लै 3 किले हिस्से ते ਕਹਿੰਦਾ ਮੈਨੂੰ ਤਾਂ ਇੱਧਰ ਟਰੈਕਟਰ ਤੇ ਟਰਾਲੀ ਦਾ ਕੰਮ ਰਹਿੰਦਾ ਉਹ ਕਹਿੰਦਾ ਖੇਤੀ ਕਿੰਨੀ ਮੈਥੋਂ ਧਿਆਨ ਨਹੀਂ ਦਿੱਤਾ ਜਾਂਦਾ ਕਹਿੰਦਾ ਵੀ ਤੂੰ ਸਾਂਭ ਲੈ ਮੈਂ ਤਾਂ ਫਿਰ ਹਾਂ ਕਰਤੀ ਯਾਰ ਉਹਨੂੰ ਚੱਲ ਵਧੀਆ ਹੋ ਗਿਆ ਫਿਰ ਕੀ ਮਾੜਾ ਕੁਛ ਨਹੀਂ ਹੁੰਦਾ ਆ ਸੀ ਉਹਦਾ ਖੇਤ ਇੱਧਰਲੇ ਮਗਰਲੇ ਪਾਸੇ ਅੱਛਾ ਵਧੀਆ ਗਵਾਂਢੀ ਹੋ ਗਿਆ ਤੂੰ ਤਾਂ ਖੇਤ ਦਾ ਫਿਰ ਠੀਕ ਹੈ ਰੋਜ਼ ਇਕੱਠੇ ਹੋਇਆ ਕਰਾਂਗੇ ਹੋਰ ਹੈ ਨਾ ਹੋਰ ਵਧੀਆ ਹੋ ਗਿਆ ਤਾਂ ਹਾਂ ਨਾਲ ਹੀ ਹੈ ਹੋਰ ਯਾਰ ਵਧੀਆ ਮੈਨੂੰ ਵੀ ਆਹ ਦਿਹਾੜੀ ਦੱਪੇ ਨਾਲ ਤਾਂ ਚੰਗੀ ਰਹੂੰਗਾ ਲੈ ਹੋਰ ਵਧੀਆ ਰਹੇਗਾ ਵਧੀਆ ਹੋਰ ਮੈਨੂੰ ਤਾਂ ਆਪ ਖੁਸ਼ੀ ਹੋਈ ਦੁੱਖ ਸੁੱਖ ਤਾਂ ਸਾਂਝੇ ਕਰਿਆ ਕਰਾਂਗੇ ਹਾਂ ਸਹੀ ਗੱਲ ਹੈ ਬਾਈ ਹੋਰ ਅੱਛਾ ਅੱਛਾ ਚੱਲ ਵਧੀਆ ਹੋ ਗਿਆ ਨਾਲੇ ਤਾਂ ਉਹਨੂੰ ਵਿਚਾਰੇ ਨੂੰ ਸੌਖਾ ਹੋ ਗਿਆ ਨਾਲੇ ਬੋਗੜ ਨੂੰ ਸੁੱਖ ਹੋ ਗਿਆ ਹੋਰ ਹੋਰ ਅੱਛਾ ਹੁਕਮ ਰੇੜੀ ਵਾਲੇ ਦਾ ਘਰ ਲਿਆ ਇਹਨਾਂ ਨੇ ਹਾਂ ਰੇੜੀ ਵਾਲਿਆਂ ਦਾ ਉਹਨਾਂ ਦਾ ਹੁਕਮ ਕਾ ਜਿਹੜਾ ਬਟੋਬੇ ਤੇ ਨਹੀਂ ਉਹਨਾਂ ਦਾ ਹੈਗਾ ਪੁਰਾਣਾ ਘਰ ਉਹ ਲਿਆ ਅੱਛਾ ਮੈਨੂੰ ਸੁਖਪਾਲ ਨੇ ਦੱਸਿਆ ਸੀ ਵੀ ਤੇਰੇ ਪਿੰਡ ਦਾ ਮੁੰਡਾ ਇੱਥੇ ਆ ਕੇ ਕੋਈ ਰਹਿਣ ਲੱਗ ਗਿਆ ਚੱਲ ਵਧੀਆ ਹੋ ਗਿਆ ਪੁੱਤ ਨਾਲੇ ਤੇਰੇ ਖੇਤ ਦਾ ਗਵਾਂਢੀ ਬਣ ਗਿਆ ਹੋਰ ਅਸੀਂ ਵੀ ਇਹੀ ਗੱਲਾਂ ਕਰਦੇ ਸੀ ਕੱਲ ਵੀ ਖੇਤ ਨਾਲੇ ਮੇਰਾ ਜੀ ਲੱਗਿਆ ਰਹੋ ਕਰੂਗਾ ਗੱਲਾਂ ਬਾਤਾਂ ਨਾਲ ਸਹੀ ਗੱਲ ਹੈ ਪੁੱਤ ਚੱਲ ਵਧੀਆ ਹੋ ਗਿਆ ਭਾਈ ਨਾਲੇ ਤਾਂ ਤੈਨੂੰ ਸੁੱਖ ਹੋ ਗਿਆ ਨਾਲੇ ਸਾਨੂੰ ਸੁੱਖ ਹੋ ਗਿਆ
होर माता मैनू तो चाणकी बोगड़ बाई मिल गया, साड़ी गल खुल गई। मैं तो कम भालदा फिरदा सी, मैं तो सीरी राल नू फिरदा सी किसे दे। चल कोई नहीं भाई, जमीन ते वधिया खेतीबाड़ी करी चली, नाले साडी कबीलदारी चली जाऊगी, नाले तेरी चली जाऊगी कबीलदारी। हां जी हां जी, सही गल है जी। अच्छा भाई तू जस्से दे पिंडों आ? हां जी। तेरा तो पिंड च फिर यह जारवेली ही होगा? नहीं जी, जारवेली तो कानू सी, बस असि पिंड करके वधिया मिलदे जुलदे रहिंदे सी। अच्छा चल हुण भी मिलदे जुलदे रहोगे, नाले नाल खेत होगे दोनों दे। असल च ना इहदी भाबी नूं मचेवा जिहा हो गया वी जस्सा दा 5 किल्लिआं दा मालक बन गया, वी साडे कोले उही 2.5 किल्ले आ। उह ऐ नहीं सोचदी वी जे इहनूं इह रिश्ता ना हुंदा ਵੀ ਫਿਰ ਤੁਹਾਡੇ ਲਵੇ 2.5 ਵੀ ਨਹੀਂ ਰਹਿਣੀ ਸੀ, ਉਹਨੇ ਆਪਦਾ ਹਿੱਸਾ ਲੈ ਲੈਣਾ ਸੀ ਵਿੱਚੋਂ। ਇਹ ਤਾਂ ਬਹੁਤ ਵਧੀਆ ਹੋ ਗਿਆ, ਜੱਸੇ ਦੀ ਜ਼ਿੰਦਗੀ ਬਣ ਗਈ, ਜਿਹੜਾ ਇਹ ਰਿਸ਼ਤਾ ਹੋ ਗਿਆ ਇਹਨੂੰ। ਸਹੀ ਗੱਲ ਆ ਮਾਤਾ, ਚਲੋ ਜੀ ਮੈਂ ਫਿਰ ਜਾਵਾਂ ਖੇਤ। ਹਾਂ ਪੁੱਤ ਵਗ ਜਾ। ਸਾਈਕਲ ਖੜਾ ਆਪਣਾ? ਹਾਂ ਉੱਧਰ ਖੜੇ ਹੈਗਾ, ਲੈ ਜਾ ਬਰਾਂਡੇ 'ਚ ਖੜੇ। ਠੀਕ ਹੈ ਜੀ ਠੀਕ। ਤੇਰੇ ਤਾਈ ਦੇ ਘਰੇ ਸਿਆਪਾ ਪਾਉਣ ਨੂੰ ਆਪਣੇ ਇਹ ਬੰਦਾ ਕੰਮ ਆ ਸਕਦਾ ਰਾਣੀ? ਉਹ ਕਿਵੇਂ ਬੇਬੇ? ਜੇ ਇਹ ਜੱਸੇ ਨੂੰ ਭੜਕਾਉਣਾ ਸ਼ੁਰੂ ਕਰਦੇ, ਸੁਖਪਾਲ ਤੇ ਉਹਦੀ ਬੇਬੇ ਦੇ ਵਿਰੁੱਧ ਹੋ ਸਕਦਾ ਜੱਸਾ ਭੜਕ ਜੇ। ਜੱਸਾ ਕੋਈ ਬਾਲਾ ਚੁਸਤ ਚਲਾਕ ਨਹੀਂ ਹੈਗਾ। ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਬੇਬੇ, ਪਰ ਇਹ ਆਪਣੇ ਆਖੇ ਕਿਉਂ ਲੱਗੂਗਾ ਇੰਦਰ? ਆਖੇ ਵੀ ਲੱਗ ਜੂਗਾ, ਇਹ ਕੋਈ ਬਾਲਾ ਸਿਆਣਾ ਨਹੀਂ ਹੈਗਾ। ਜੱਸੇ ਦੇ ਘਰ ਦੀ ਗੱਲ ਵੀ ਤਾਂ ਸੁਣਾਈ ਗਈ ਆਪਾਂ ਨੂੰ, ਜੇ ਇੰਨੀ ਯਾਰੀ ਦੋਸਤੀ ਸਮਝਦਾ ਹੁੰਦਾ ਫਿਰ ਇਹਨੇ ਆਪਾਂ ਨੂੰ ਕੁਛ ਨਹੀਂ ਦੱਸਣਾ ਸੀ। ਸਹੀ ਗੱਲ ਹੈ ਬੇਬੇ, ਨਾਲੇ ਇਹ ਕਹੀ ਤਾਂ ਜਾਂਦਾ ਸੀ ਵੀ ਮੇਰੀ ਤਾਂ ਜੱਸੇ ਨਾਲ ਪਿੰਡ ਕਰਕੇ ਮਾੜੀ ਮੋਟੀ ਲਿਹਾਜ਼ ਸੀ। ਤੇ ਫਿਰ ਇੱਕ ਤੇਰਾ ਮਿੱਤਰ ਨਹੀਂ ਹੁੰਦਾ ਦੀ ਬਾਈ ਸਤਨਾਮ? ਹਾਂ ਉਹ ਵੀ ਹੁਣ ਤਾਂ ਕਬੀਲਦਾਰੀ ਚ ਉਲਝਿਆ ਪਿਆ ਵਿਚਾਰਾ। ਹਾਂ ਫਿਰ ਜਵਾਕਾਂ ਚੱਲਿਆਂ ਚ ਉਲਝ ਜਾਂਦਾ ਅਗਲਾ। ਹਾਂ ਮੈਂ ਵੀ ਬਰਾਂਡਾ ਜਿਹਾ ਪਵਾਉਣ ਗਿਆ ਸੀ ਉਹਨਾਂ ਦੇ। ਅੱਛਾ ਉਦੋਂ ਤੇਰੇ ਬਾਰੇ ਗੱਲ ਜੀ ਚੱਲੀ ਸੀ, ਉਹ ਕਹਿੰਦਾ ਬਾਈ ਜੱਸੇ ਨਾਲ ਤਾਂ ਮੇਰੀ ਬਾਹਲੀ ਯਾਰੀ ਹੁੰਦੀ ਤੀ, ਕਹਿੰਦਾ ਅਸੀਂ ਹੱਥ ਨੂੰ ਤੜਕੇ ਡੇਲੀ ਇਕੱਠੇ ਹੁੰਦੇ। ਕਹਿੰਦਾ ਜੱਸਾ ਜਦੋਂ ਦਾ ਪਿੰਡ ਛੱਡ ਕੇ ਗਿਆ ਕਹਿੰਦਾ ਹੁਣ ਤਾਂ ਮਿਲ ਹੀ ਨਹੀਂ ਜਾਂਦਾ, ਉਹ ਵੀ ਕਬੀਲਦਾਰੀ 'ਚ ਰੁੱਝ ਗਿਆ, ਕਹਿੰਦਾ ਮੈਂ ਵੀ ਕਬੀਲਦਾਰੀ 'ਚ ਰੁੱਝ ਗਿਆ। ਹਾਂ ਗੱਲ ਤਾਂ ਠੀਕ ਹੈ, ਪਾਈਆਂ ਯਾਰ ਮਿਲਣ ਨੂੰ ਤਾਂ ਬਹੁਤ ਜੀ ਕਰਦਾ ਕਦੇ ਕਦੇ, ਪਰ ਜਾ ਹੀ ਨਹੀਂ ਜਾਂਦਾ ਸਾਲਾ, ਕੰਮ ਹੀ ਕੋਈ ਇਹੋ ਜੜ ਜਾਂਦਾ। ਹਾਂ ਆਹੀ ਗੱਲ ਉਹ ਕਹਿੰਦਾ ਸੀ, ਕਹਿੰਦਾ ਕਦੇ ਕਦੇ ਸੋਚਦਾ ਵੀ ਜੱਸੇ ਲਵੇ ਜਾ ਕੇ ਆਵਾਂ, ਪਰ ਕਹਿੰਦਾ ਜਾਇਆ ਜਾਂਦਾ ਨਹੀਂ ਸਾਲਾ। ਬਸ ਐਂ ਆ ਭਰਾਵਾ ਇੰਦਰਾ, ਐਤਕੀ ਗਰਮੀ ਜੀ ਘੱਟ ਜਾਣ ਦੇ ਮਾੜੀ ਜੀ, ਫਿਰ ਜਾ ਕੇ ਆਊਂਗਾ ਲਾਜ਼ਮੀ ਉਹਦੇ ਕੋਲੇ। ਹਾਂ ਜਾ ਕੇ ਆਈ ਬਾਈ ਜ਼ਰੂਰ, ਉਹਦੇ ਲਈ ਟਾਈਮ ਕੱਢ ਕੇ ਜਾਊਂਗਾ ਜਾਊਂਗਾ, ਯਾਦ ਤਾਂ ਬਥੇਰੀ ਆਉਂਦੀ ਹੈ ਭਰਾਵਾ, ਕੀ ਕਰੀਏ। ਸਹੀ ਗੱਲ ਹੈ ਬਾਈ, ਮੇਰੀ ਗੱਲ ਸੁਣ ਪੁੱਤ, ਜਿਹੋ ਜਿਹਾ ਮੈਨੂੰ ਬੋਗੜ ਉਹ ਜਿਹਾ ਮੈਨੂੰ ਤੂੰ, ਮੈਂ ਤਾਂ ਤੈਨੂੰ ਆਪਦੇ ਪੁੱਤਾਂ ਵਾਂਗੂ ਹੀ ਸਮਝਿਆ। ਕੋਈ ਗੱਲ ਨਹੀਂ ਪੁੱਤ, ਫਸਲ ਦੀ ਕਮਾਈ 'ਚੋਂ ਥੋੜ੍ਹੀ ਜਿਹੀ ਨਾ ਤੈਨੂੰ ਵੱਧ ਹੀ ਦਵਾਊ ਮੈਂ ਬੋਗੜ ਤੋਂ। ਹੋਰ ਵੀ ਜੇ ਕੋਈ ਪੈਸੇ ਧੇਲੇ ਦੀ ਲੋੜ ਪੈ ਜੇ ਨਾ ਪੁੱਤ, ਮੰਗ ਲਿਆ ਕਰ ਜਮਾਂ ਨਾ ਸੰਗੀ। ਠੀਕ ਹੈ ਮਾਤਾ ਠੀਕ ਹੈ। ਹੋਰ ਪੁੱਤ ਮੈਨੂੰ ਤਾਂ ਤੂੰ ਆਪਦੇ ਪਰਿਵਾਰ ਦਾ ਹੀ ਮੈਂਬਰ ਲੱਗਦਾ ਹੈ। ਮੈਨੂੰ ਤਾਂ ਮਾਤਾ ਆਪਦੀ ਪਰਿਵਾਰ ਲੱਗਦਾ ਇਹ। ਤੂੰ ਮੈਨੂੰ ਬੋਗੜ ਵਾਂਗੂ ਬੇਬੇ ਹੀ ਕਿਹਾ ਕਰ ਪੁੱਤ, ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਵੀ ਤੂੰ ਮੈਨੂੰ ਦੂਜਾ ਪੁੱਤ ਹੀ ਲੱਗਦਾ। ਠੀਕ ਹੈ ਜੀ ਕੋਈ ਗੱਲ ਨਹੀਂ, ਬੇਬੇ ਕਹਿਦਾ ਕਰੂੰ ਮੈਂ। ਹਾਂ ਠੀਕ ਹੈ ਪੁੱਤ। ਜੱਸੇ ਪੁੱਤ ਲੇਟੀ ਪਿਹਾ ਲਿਆ ਇੱਕ ਨਾਗਾ, ਹੋਰ ਝੋਟੀ ਦੀ ਮੁੱਕੀ ਪਈ ਆਪਣੀ, ਸੂਣ ਦੇ ਥੋੜੇ ਚਿਰ ਹੀ ਨੇ ਇਹਨਾਂ ਦਾ ਪਿਹਾ ਲਿਆ ਬੇਬੇ। ਹਾਂ ਪਿਹਾ ਲਿਆ ਪੁੱਤ। ਸਾਈਕਲ ਤੇ ਲੈ ਜਾ, ਦੇਖ ਲੈ ਪੁੱਤ ਸਾਈਕਲ ਤੇ ਲੈ ਜਾ। ਬਰੀਕ ਪਿਹਾ ਕੇ ਲਿਆਈ, ਸਰੋਂ ਪਾਈ ਹੋਈ ਆ ਵਿੱਚ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲੈ ਬਈ ਰੋਟੀ। ਬਸ ਬਈ ਰੱਜ ਲੈ, ਮੈਂ ਤਾਂ ਇੱਕ ਤਾਂ ਲੈ ਲੈ ਵੀਰੇ। ਨਾ ਨਾ ਬਸ ਬਈ ਬਸ ਠੀਕ ਹੈ, ਲੈ ਲੈ ਨਾ ਇੰਦਰ ਰੱਜ ਕੇ ਖਾ ਲੈਂਦਾ ਪੁੱਤ ਰੋਟੀ। ਬਸ ਬੇਬੇ ਰੱਜ ਲੈ, ਮੈਂ ਤਾਂ।
रख दे पुत भांडे राणी धो दूगी। ठीक है बेबे। मैं तो तेन एक कम कहना थी पुत इंदर। हाँ बेबे दस। जस्से का सहुरा ते मेरे घर आला कठ च खेती करते होंगे। मेरे घर आला तो भगत थी, कोई पैसा कदे जेब च रखते ही नहीं थी। जस्से का सहुरा चलाक थी, गोजी रख जाता फसल चो। आई इन्हें थोड़े थोड़े पैसे जोड़ के अड होने तो बाद दो किले ले ले जमीन दे। मतलब मेरे घर आले का भी तो बराबर हक सी, उन्हें भी तो खेतों के खून परसीना बराबर ही डोलिया। ये तो है बेबे, चलाकी नाल पैसे रखता रहा। तुसी कहना थी फिर बेबे इन्हां नूं भी आए क्यों करी साडे नाल। कहा थी पुत, मांगरों कौन पैरां ते पानी पैण दिंदा। आ जस्से की सस कहती मैनू तो पेके तो हिस्सा आया 40 लाख रुपये का। आके मेरे बापू ने नहर के नाल लगना ना 1.25 किला वेचे। आके सानू तिने भैणा नूं पैसे वंडे है। अच्छा, भरा है नहीं सी इन्हां ने कोई? ना, मैनू पता है पुत, इन्हां ने बेईमाना करके ना पैसे जोड़े है। मेरे घर वाल तो चुस्त चलाक है ही नहीं सी इन्ना, ना ही मैनू चुस्त चलाकी आउंदी थी। ये दोनों जी चलाक थे, आए धोखा करे पुत साडे नाल। अच्छा हुण पुत तू आपदी मां दा साथ देना है, मेरा ये काम कर। तू जस्से नू इन्ना दोनों मावां धीआं दे विरुद्ध भड़का किसे लुट। मैनू पता जस्सा तेरियां गल्लां च आजूगा। आपा ने किसी ना किसी लोट इन्हां दे घरे स्यापा पाउणा है पुत। जे तू पुत मेरा ये काम कर देना, मैं तेरा जिंदगी भर निशान भुलदी। असी तां इत्थों किसे गल्लों नहीं भजदे, ना ही असी तेरा पैसे धेले कनियो हथ तंग होण दईए। कोई गल नहीं बेबे, तेरा ये काम हो जू, स्यापा तां मैं पा दूं। तू उहनूं ऐ भड़काई वी तेरे नाल तां उह गल हो रही है, सहुरे घर जो आई कुत्ता, तेरी तां इह इज्जत ही नहीं करदे हैगे परौणे वाली तां। चल बहुत वधिया हो गया, जेड़ा तेरा इत्थे रिश्ता हो गया। तेरा इत्थे रिश्ता होना थी, तू 5 किलों दा मालक बनना सी। हाँ वो बस किस्मत दी गल हुंदी अंदर। पर भाई यार गुस्सा तां करी ना, मैनू एक गल बहुत महसूस जी हुई, इधर बोगड़ के घरें गल्लां करते होंगे तेरिया, भी सानू बड़ा दुख जाता है। ये दोनों मावां धीआं जानवर वांगू काम लैंदियां ने, उतों जवाई वाली तो उहदी इज्जत ही नहीं करदियां। ना यार इह जी तां कोई गल नहीं, तू भगत बंदा जस्से तैनू नहीं महसूस हुंदा, पर पिंड च गल्लां चलदियां ने भाई। वह कहिंदे नहीं हुंदे भैण घर भाई कुत्ता, सहुरे घर जवाई कुत्ता, वह कहावत सच हुई पई है भाई। तिथों ये लोड़ तो वध ही काम लेंदे ने। चल कोई ना भाई, कितने भरावा मेरा ना ना ले दी घरें जाके, अगला कहे साडे परौने नूं भड़काता। ना ना तेरा नाम तो क्यों लेना है। मैं तो आपदे कन्नियों पूरे कोके जड़ते बेबे। बस ठीक है पुत, तैं तां मैनूं मेरा पुत बन के दिखाई दिता, किवें लगदा तैनूं फिर? सीख लाई है, लंबू तो उठूगा, सोचां जिच तां पै गया थी ओह। बस फिर बकावत जाग पी फिर उहदे दिल च। हाँ बाकी कोई गल नहीं, सीख तां मैं कदी रोज ही छड़दा करूं। ठीक है पुत ठीक है। क्यों है डिगदे जे आउने हो, की गल शराब पीती सड़ी? हाँ पीती है। क्यों? क्योंकि मैं सोथो पुछ के करूंगा हरे कम है। पीती है शराब। क्यों अगे मेरी गल सुनो, सिलेंडर थोड़ा जी रह गया, ऐ नहीं पता वेले वेले कदों मुक जे, मैं तां कहिंदी नवां भरा लैंदे तुसीं। आ थोड़ा चिर पहला तां मैं हरा वढ के लिया है, तेथों बेला बैठा जरे नहीं आंदा, अगे हुण सिलेंडर भरा लिया। लै हरा लैंदे तां 1.5 घंटा हो गया, मैनूं सोटी समझ नहीं आउंदी हैगी सुनू हो की गया। आहो हुण तां हुण ही ती मैनूं कुछ है, जदों मूहरे बोलण लग गया। तुसीं तां मामा धीआं ने मैनूं नौकर बना रखे। ना तैनूं की नौकर बना रखा जस्से? ना होर की है बेबे, मेरे नाल कोई कदे परौणे वाला सलूक करे तुसीं?
ਐਡੀ ਭੜੀ ਤਾਂ ਕੋਈ ਪਾਲੀ ਸਿਰੀ ਨਾਲ ਨਹੀਂ ਕਰਦਾ ਜਿਹੀ ਜੀ ਮੇਰੇ ਨਾਲ ਕਰਦੀਆਂ ਤੁਸੀਂ ਦੋਨੇ। ਕਮਾਲ ਹੋ ਗਈ ਜੱਸੇ ਪੁੱਤ, ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ, ਕਈਆਂ ਜਾਂ ਗੱਲਾਂ ਕਰੀਆਂ ਨਾ ਤੂੰ। ਮੈਂ ਤਾਂ ਆਪ ਹੈਰਾਨ ਹੋ ਰਹੀ ਆ। ਆਹੋ ਹੈਰਾਨ ਤਾਂ ਹੋਣੀ ਹੀ ਆ ਤੁਸੀਂ, ਹੋ ਰਹੀਆਂ ਨੇ ਇਹ ਹੈਰਾਨ। ਉਹੀ ਤੜਕ ਜਾਂਦਾ ਮਾੜੀ ਮਾੜੀ ਗੱਲ ਤੇ ਲੈ। ਮੈਂ ਤਾਂ ਐ ਕਹਿੰਦੀ ਆ ਬੇਬੇ ਨੂੰ ਹੋ ਕੀ ਗਿਆ, ਕੀ ਪਤਾ ਹੁਣ। ਪਹਿਲਾਂ ਤਾਂ ਕਦੇ ਇਹਨੇ ਐ ਕਰਿਆ ਨਹੀਂ ਸੀ, ਦੱਸ ਆਪਾਂ ਇਹਨੂੰ ਕੀ ਨੌਕਰ ਬਣਾ ਛੱਡਿਆ। ਮੈਨੂੰ ਲੱਗਦਾ ਬੇਬੇ ਦਾ ਦਿਮਾਗ ਖਰਾਬ ਹੋ ਗਿਆ, ਬਹੁਤ ਦਿਨ ਹੋ ਗਏ ਇਹਨੂੰ ਇਹ ਕੁਛ ਕਰਦੇ ਨੂੰ। ਇਹਦੀ ਭੂਆ ਨੂੰ ਸੱਦੇ ਆਪਾਂ, ਜਿਹੜੀ ਨੇ ਰਿਸ਼ਤਾ ਕਰਾਇਆ ਸੀ, ਵੀ ਪੁੱਛੇ ਇਹਨੂੰ ਅਸੀਂ ਕੀ ਨੌਕਰ ਬਣਾਤਾ ਇਹਨੂੰ। ਕੀ ਗੱਲ ਆ ਜੱਸੀ ਬਾਈ ਯਾਰ, ਦੋ ਤਿੰਨ ਦਿਨ ਹੋ ਗਏ ਉਦਾਸ ਜਿਹਾ ਭਲਾ ਰਹਿਣਾ ਤੂੰ। ਉਹ ਬਸ ਯਾਰ, ਮੈਨੂੰ ਤੇਰੇ ਵਾਲੀ ਗੱਲ ਤੋਂ ਗੁੱਸਾ ਆ ਗਿਆ ਯਾਰ। ਪਿੰਡ 'ਚ ਇੰਨੀਆਂ ਗੱਲਾਂ ਉੱਠਦੀਆਂ ਫਿਰਦੀਆਂ ਮੇਰੇ ਬਾਰੇ, ਮੈਂ ਵੀ ਹੁਣ ਇਹਨਾਂ ਨੂੰ ਭੱਜ ਕੇ ਪੈਣ ਲੱਗ ਗਿਆ ਮੂਹਰੋਂ। ਕਮਾਲ ਹੀ ਹੋਈ ਪਈ ਤੀ ਯਾਰ ਇਹਨਾਂ ਗਣਿਓ ਜੰਮੀ। ਚੱਲ ਕੋਈ ਗੱਲ ਨਹੀਂ, ਕਲੇਸ਼ ਤੋਂ ਪਰਹੇਜ਼ ਰੱਖੀ ਮਾੜਾ ਜਿਹਾ। ਹੋਰ ਯਾਰ ਕੀ ਕਹਿੰਦੇ ਹੋਣਗੇ ਲੋਕ ਯਾਰ। ਚੱਲ ਆ ਤਾਂ ਬਹੁਤ ਵਧੀਆ ਹੋ ਗਿਆ, ਹਜੇ ਤਾਂ ਤੂੰ ਦੇਖੀ ਜਾਈ ਕਲੇਸ਼ ਕਿੱਥੇ ਤੱਕ ਪਾਉਂਦਾ। ਸਹੀ ਗੱਲ ਹੈ ਬੇਬੇ, ਤੂੰ ਬਲਦੀ ਤੇ ਤੇਲ ਹੋਰ ਪਾ ਦੀ ਬਾਈ। ਹਾਂ ਹਾਂ ਭੈਣੇ, ਮੈਂ ਤਾਂ ਛਿੜਕੀ ਜਾਂਦਾ ਪੈਟਰੋਲ, ਮੈਂ ਤਾਂ ਲਾਟ ਬੋਝ ਨਹੀਂ ਦਿੰਦਾ। ਵਧੀਆ ਹੋ ਗਿਆ। ਮਹਾ ਮੇਰੇ ਕਰਨੀ ਹੁੰਦਾ ਭੈਣੇ, ਤੁਸੀਂ ਬੇਫਿਕਰ ਰਹੋ। ਬਸ ਠੀਕ ਹੈ ਬਾਈ, ਬੇਫਿਕਰੀ ਆ ਬਾਈ, ਤੂੰ ਬਹਿ ਜਾ, ਮੈਂ ਤੈਨੂੰ ਤੌੜੀ ਵਾਲਾ ਦੁੱਧ ਲੈ ਕੇ ਦਿੰਦੀ ਆ। ਹਾਂ ਹਾਂ ਲਿਆ ਭੈਣੇ, ਗੁੜ ਦੀ ਡਲੀ ਵੀ ਲਿਆਈ ਇੱਕ ਨਾਲ। ਲਿਆਉਣੀ ਆ ਜਾ ਕੁੜੇ, ਲਿਆ ਦੇ ਕੱਚਾ ਤੱਤਾ ਰਲਾ ਲਈ ਤੌੜੀ ਵਾਲੇ ਚ, ਕੱਪ ਭਰ ਕੇ ਲਿਆ ਦੀ। ਮੈਂ ਤਾਂ ਐਂ ਪੁੱਛਦੀ ਹਾਂ ਪੁੱਤ ਤੁਹਾਨੂੰ, ਇਹੋ ਜਿਹਾ ਕੀ ਹੋ ਗਿਆ, ਸੁੱਖ ਸਾਂਦ ਹੈ? ਦੇਖ ਭੈਣੇ, ਤੂੰ ਜੱਸੇ ਅਤੇ ਸੁਖਪਾਲ ਦੀ ਵਿਚੋਲਣ ਹੈ, ਜੱਸੇ ਦੇ ਪਿਓ ਦੀ ਤੂੰ ਮਾਮੇ ਦੀ ਧੀ ਹੈ, ਭੂਆ ਲੱਗਦੀ ਜੱਸੇ ਦੀ, ਤੈਨੂੰ ਤਾਂ ਸੱਦਿਆ। ਆਹ 20-25 ਦਿਨ ਹੋ ਗਏ ਜੱਸਾ ਹੋਰੋਂ ਜੀ ਗੱਲਾਂ ਕਰਨ ਲੱਗਾ ਸਾਡੇ ਨਾਲ, ਆ ਕੇ ਤੁਸੀਂ ਮਾਵਾਂ ਧੀਆਂ ਨੇ ਮੈਨੂੰ ਨੌਕਰ ਬਣਾ ਛੱਡੇ। ਨਾਲੇ ਆ ਕੇ ਮੇਰੇ ਨਾਲ ਪਰਾਉਣੇ ਆ ਤਾਂ ਤੁਸੀਂ ਕੋਈ ਸਲੂਕ ਹੀ ਨਹੀਂ ਕਰਦੇ, ਅਸੀਂ ਤਾਂ ਭੈਣੇ ਇਹਦੇ ਨਾਲ ਕੋਈ ਫਰਕ ਰੱਖਿਆ ਹੀ ਨਹੀਂ। ਜਦੋਂ ਭੂਆ ਮਾੜਾ ਮੋਟਾ ਕੋਈ ਕੰਮ ਨੂੰ ਕਹਿ ਦਈਏ ਤਾਂ ਸਾਡੇ ਨਾਲ ਲੜਾਈ ਸ਼ੁਰੂ ਕਰ ਲੈਂਦਾ, ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਹੋ ਕੀ ਗਿਆ। ਕਮਾਲ ਹੋ ਗਈ ਇਹ ਤਾਂ, ਮੈਨੂੰ ਤਾਂ ਐਂ ਕਹਿੰਦਾ ਹੁੰਦਾ, ਕਹਿੰਦਾ ਮੈਨੂੰ ਤਾਂ ਬਹੁਤ ਵਧੀਆ ਪਰਿਵਾਰ ਮਿਲਿਆ। ਕੀ ਪਤਾ ਇਹਨੂੰ ਕੀ ਹੋ ਗਿਆ, ਦੇਖ ਭੈਣੇ ਸਾਡੇ ਘਰੇ ਕੋਈ ਬੰਦਾ ਨਹੀਂ ਰਿਹਾ ਸੀ ਤਾਂ ਇਹਨੂੰ ਘਰ ਜਮਾਈ ਬਣਾਇਆ ਸੀ, ਜੇ ਬੰਦਿਆਂ ਵਾਲੇ ਕੰਮ ਸਾਨੂੰ ਕਰਨੇ ਪੈ ਗਏ ਫਿਰ ਸਾਨੂੰ ਇਹਦਾ ਕੀ ਫਾਇਦਾ ਹੋਇਆ। ਭੈਣੇ ਮੈਂ ਤਾਂ ਆਪਦਾ ਪੁੱਤ ਬਣਾ ਕੇ ਰੱਖਿਆ ਸੀ ਘਰੇ, ਇਹ ਸਾਨੂੰ ਕਹਿੰਦਾ ਤੁਸੀਂ ਨੌਕਰ ਬਣਾ ਛੱਡਿਆ ਮੈਨੂੰ। ਇੱਕ ਵਾਰੀ ਭੂਆ ਤੈਨੂੰ ਪੁੱਛ ਜ਼ਰੂਰ ਵੀ ਇਹਨੂੰ ਅਸੀਂ ਨੌਕਰ ਬਣਾ ਕੇ ਰੱਖਿਆ ਕਿ ਮਾਲਕ ਬਣਾ ਕੇ ਰੱਖਿਆ। ਕੋਈ ਨਾ ਕੋਈ ਨਾ, ਲੈ ਉਹ ਆਉਂਦੇ ਉਹਦੀ। ਸਤਿ ਸ਼੍ਰੀ ਅਕਾਲ ਭੂਆ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ ਬੇਟੇ? ਹਾਂ। ਬਹਿ ਜਾ। ਹੋਰ ਕਦੋਂ ਗਈ ਦੀ ਭੂਆ? ਮੈਨੂੰ ਹੋ ਗਿਆ ਅੱਧਾ ਘੰਟਾ। ਅੱਛਾ। ਹਾਂ ਆਹ ਕੀ ਚੱਕਰ ਜਿਹਾ ਪਾ ਰੱਖਿਆ ਪੁੱਤ ਤੈਂ? ਮੈਂ ਤਾਂ ਕੋਈ ਚੱਕਰ ਨਹੀਂ ਪਾਇਆ ਭੂਆ। ਫਿਰ ਇਹਨਾਂ ਨਾਲ ਕਿਹੜੀ ਗੱਲ ਤੋਂ ਕਲੇਸ਼ ਹੋ ਗਿਆ ਪੁੱਤ? ਮੇਰੀ ਗੱਲ ਸੁਣ ਭੂਆ ਤੂੰ, ਜੇ ਮੈਂ ਇਸ ਘਰੇ ਰਹਿਣ ਨੂੰ ਤਿਆਰ ਹੋ ਗਿਆ ਇਹਦਾ ਮਤਲਬ ਐਂ ਤਾਂ ਨਹੀਂ ਮੈਂ ਜਵਾਈ ਨਹੀਂ ਰਿਹਾ। ਇਹ ਘਰੇ ਤਾਂ ਮੇਰੀ ਕੋਈ ਇੱਜ਼ਤ ਹੀ ਨਹੀਂ ਹੈਗੀ, ਨੌਕਰਾਂ ਵਰਗਾ ਹਾਲ ਬਣਾ ਰੱਖਿਆ ਮੇਰਾ ਇਹਨਾਂ ਨੇ। ਨਾ ਕੀ ਨੌਕਰਾਂ ਵਰਗਾ ਹਾਲ ਬਣਾ ਛੱਡੇ ਤੇਰਾ ਸੀ ਨੇ? ਕਿ ਹੋਰ ਕੋਈ ਕਸਰ ਹੈਗੀ, ਬਣਾ ਤਾਂ ਰੱਖਿਆ। ਐਵੇਂ ਨਜਾਇਜ਼ ਗੱਲ ਨਹੀਂ ਕਰੀ ਨਹੀਂ ਹੁੰਦੀ ਜੱਸੇ। ਮੈਂ ਨਜਾਇਜ਼ ਗੱਲ ਨਹੀਂ ਕਰਦਾ ਬੇਬੇ, ਮੈਂ ਕੋਈ ਪਾਗਲ ਤਾਂ ਨਹੀਂ ਭੂਆ ਜਿਹੜਾ ਉਈ ਕਹੀ ਜਾਂਦਾ। ਹੋਰ ਬਿਨਾ ਗੱਲ ਤੋਂ ਤਾਂ ਕਹੀ ਜਾਂਦੇ ਹੋ, ਐਵੇਂ ਸਾਡੇ ਝੂਠੇ ਇਲਜ਼ਾਮ ਲਾਈ ਜਾਂਦੇ ਹੋ। ਨਾ ਮੈਂ ਕੀ ਇਲਜ਼ਾਮ ਲਾਈ ਜਾਣਾ ਤੁਹਾਡੇ ਤੇ, ਐਵੇਂ ਬਕਵਾਸ ਮਾਰਨ ਦੀ ਲੋੜ ਨਹੀਂ, ਮੂੰਹ ਤੇ ਮਾਰੂ ਚਪੇੜਾ। ਆਹ ਦੇਖ ਲਓ ਭੈਣ ਜੀ ਦੇਖ ਲਓ। ਤੂੰ ਚੁੱਪ ਕਰ ਜੱਸੇ, ਚੁੱਪ ਕਰ ਜਾ। ਕੀ ਚੁੱਪ ਕਰ ਜਾ ਭੂਆ, ਇਹ ਮੈਨੂੰ ਨਾਲੇ ਤੈਨੂੰ ਬੇਵਕੂਫ ਬਣਾਈ ਜਾਂਦੀਆਂ ਨੇਗੀਆਂ। ਮੈਂ ਨਹੀਂ ਹੁਣ ਇੱਥੇ ਰਹਿਣਾ, ਬਸ ਮੈਨੂੰ ਇੱਥੇ ਰਹਿਣ ਨੂੰ ਨਾ ਕਹੀਂ, ਬਹੁਤ ਹੋ ਗਿਆ ਬਸ, ਮੈਂ ਕੱਪੜੇ ਚੱਕ ਲਾਂ ਆਪਦੇ। ਦੇਖ ਲੈ ਭੈਣੇ, ਮੈਂ ਆਹ ਦਿਨ ਦੇਖਣ ਖਾਤਰ ਆਪਦੀ ਕੁੜੀ ਦਾ ਵਿਆਹ ਕਰਿਆ ਸੀ। ਖੜ ਜਾ ਜੱਸੇ, ਤੂੰ ਖੜ ਜਾ। ਨਹੀਂ ਨਹੀਂ ਭੂਆ, ਜਾਣ ਦੇ ਇਹਨੂੰ, ਜਾਣ ਦੇ। ਨਾ ਇਹ ਹੈਰਾਨ ਹੋ ਕੇ ਜੇ ਕੀ ਦੇਖਦੇ ਜੱਸੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜੇ ਮੈਂ ਤੇਰੇ ਨਾਲ ਵਿਆਹ ਕਰਵਾ ਬੈਠੀ। ਮੈਂ ਤੇ ਮੇਰੀ ਬੇਬੇ ਘਰੇ ਇਕੱਲੀਆਂ ਸੀ, ਸਾਡਾ ਕੋਈ ਸਹਾਰਾ ਨਹੀਂ ਸੀ। ਸਾਨੂੰ ਭੂਆ ਨੇ ਤੇਰੀ ਦੱਸ ਪਾਈ ਸੀ, ਕਹਿੰਦੀ ਆ ਕਿ ਮੁੰਡਾ ਬਹੁਤ ਚੰਗਾ ਹੈ। ਮੇਰੀ ਬੇਬੇ ਨੂੰ ਭੂਆ ਕਹਿੰਦੀ ਤੇਰੇ ਮਰ ਚੁੱਕੇ ਮੁੰਡੇ ਦੀ ਉਹਨੇ ਘਾਟ ਨਹੀਂ ਸਾਨੂੰ ਮਹਿਸੂਸ ਹੋਣ ਦੇਣੀ, ਕੋਈ ਤੇਰਾ ਸਹਾਰਾ ਬਣ ਕੇ ਰਹੂਗਾ, ਮੁੰਡਾ ਬਹੁਤ ਚੰਗਾ ਹੈ। ਚਲੋ ਜੀ ਫੇਰ ਆਪਣਾ ਵਿਆਹ ਹੋ ਗਿਆ, ਐਵੇਂ ਕਹਿੰਦਾ ਤੁਸੀਂ ਸਾਨੂੰ ਸਹਾਰਾ ਹੀ ਬਹੁਤ ਦਿੱਤਾ, ਤੁਹਾਡੇ ਹੁੰਦੇ ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹੀ, ਅਸੀਂ ਤਾਂ ਤੁਹਾਡਾ ਪੂਰਾ ਆਸਰਾ ਮੰਨ ਕੇ ਚੱਲੇ ਸੀ। ਪਰ ਸਾਡੀ ਇਹ ਬਹੁਤ ਵੱਡੀ ਗਲਤ ਫਹਿਮੀ ਸੀ, ਸ਼ਾਇਦ ਸਾਤੋਂ ਹੀ ਗਲਤੀ ਹੋ ਗਈ, ਅਸੀਂ ਨੇ ਤੈਨੂੰ ਕਿਸੇ ਕੰਮ ਨੂੰ ਕਹਿਣੀ ਨਹੀਂ ਸੀ।
सातों हो गई गलती सानू माफ करी असी तेन बहुत दुख दिता है ना शायद साढ़े तो कर्मा च मावा तिया रब ने बेसहारे रहना लिखे जे ना लिखा हों मेरे पे टाइम तो पहला क्यों मरदा क्यों मेरे भरा का एक्सीडेंट हों साडे तो कर्मा च यही लिखे जसे जा वग जा वग जा वग जा ਸੁਪਾਲ ਮੈਨੂੰ ਮਾਫ ਕਰ ਦੇ ਸੁਪਾਲ ਮਾਫ ਕਰ ਦੇ ਮੈਂ ਸਾਲੇ ਇੰਦਰ ਦੀਆਂ ਉਂਗਲਾਂ ਤੇ ਆ ਕੇ ਐਵੇਂ ਆਪਦਾ ਘਰ ਪੱਟਣ ਲੱਗਿਆ ਸੀ ਕੀ ਕਿਹਾ ਤੈਨੂੰ ਇੰਦਰ ਨੇ ਸਾਲਾ ਇੰਦਰ ਮੈਨੂੰ ਕਹਿੰਦਾ अच्छा ये सारी तेरी चाची दी उंगल होगी मैं लिख के देने नु तैयार हां हां बेबे पक्का मैं तो यह हैरानी है भी इन्हें पिंड का बंदा उन्होंने तो माड़ा मोटा सोचना चाहिए थी भी मैं यार दोस्त के घर क्यों कोले स्पाउन लग गया जस्से मेरी गल सुन पुत किसी ना किसी नोट उस बंदे नु अपने घर लेके आ बाकी का काम पुत तू मेरे ते छड़ दे ठीक है बुआ मैं तो सिद्धियां करती हूं दोनों मामा थी हूँ छेती कितने नहीं मैनू यह कम कह दिया वो तो तेरी गल ठीक है पर पहला ना तेरी पिंड च बहुत बेइज्जती होगी ना तू इन्ना सौखा इन्हों का खेड़ा ना छड कलेस पाई रखा कर किसी ना किसी गल ते मैं क्या बेफिक्र रह तू तू मेरे नाल चल करे नाले तो खावे आप रोटी नाले तेन मैं दिखाऊँ तजर्बा तू ए करी बस तो एक गल कहनी है सुपाल के सामने भी जस्से भाई यार लून वाला घट पाया पै सब्जी च फिर देखी मैं कि मेरे वे बना मैं वो किमें गाला कड़दा मैं अखी देखी आपदे की सोचन लग गया कुछ नहीं बई कुछ नहीं चल फिर चलिए आप चल हाँ सिड़द माड़ा जहाँ थब्बा जहा सिड़ सिड़द मक सिड़ सिड़ जा आके वढ़ ली जे आके वढ़ने बस थब्बा लै चलद चल कोठे को सिड़द फिर कि हाँ कर ल करता तेरा जस्से भाई पूरा खुला डुला है हाँ बढ़िया हाँ खुला डुला ही है आलो ले ले भी अंदर खा रोटी ठीक है जस्से भाई नून बाली पाया पे सब्जी च अच्छा और जमी खारी करी पी है यार खड़ जा एक मिनट सुपाल उरे आ हां जी तैनु माड़ी मोटी अकल मौत है नहीं इंदर कहे सब्जी च नून बाला पाया पे सोनू ही बदल गया मेनू तो नहीं बदल गया मैं कह दे ना फिर ये मेरे प्यो साला लगता है जेड़ा नु गोचा करता है मैं कर दिया नून सेट खड़ जा बे खड़ जा ओए हो हो देख नून किमिया ओए जस्से बचा ओए मेनू ता सोडी चाची ने नूह ने कहा थी मैं सारी गल सुना मेनू छड़ता दे ले मेरे पेके ने पैसे दते थी जमीन बेच के ओदे दो किले खरीदे सी असी बाकी धारे सधारे फड़े सी मैं तो थोड़ी चाची दी नहीं समझ आउंदी पैसे तो कट च आप गायब करती रही है चढ़दी का गुरुद्वारे फिर भी पैसे किने गायब करे ने चल कोई ना आप ही रब करूगा नतारा असल गल तो यह है ये अपना चंगा कदे सोच ही नहीं सकती सही गल है बेबे तेरी जा पा जा मेरा सारा है मैं तो पिंड का फोन करके तेरा मोह करता सीगा
ਸੜਾ ਤੂੰ ਖੱਚ ਨਿਕਲਿਆ ਉਹਨਾਂ ਦੇ ਮਗਰ ਲੱਗ ਕੇ ਘਰ ਪੱਟਣ ਨੂੰ ਫਿਰਦਾ ਸੀ ਮੇਰਾ ਬੇਸ਼ਰਮ ਨਾ ਹੋਵੇ ਹੁਣ ਆ ਜੀ ਕਦੇ ਸੜਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ ਮਹਿੰਦਰ ਕੌਰ ਬੁਢਲਾਡਾ ਰਾਜਵੀਰ ਚਾਹਲ ਬਠਿੰਡਾ ਨਰਿੰਦਰ ਕੌਰ ਅੰਮ੍ਰਿਤਸਰ ਟਾਂਗਰਾ ਹਰਮਨ ਖਾਨ ਕੁੱਤੀ ਵਾਲ ਕਲਾਂ ਦਿਲਪ੍ਰੀਤ ਕੌਰ ਖਹਿਰਾ ਵਿੱਕੀ ਰਾਏ ਜਲੰਧਰ ਸਰੋਜ ਵਾਲਾ ਮਿੱਤਲ ਮਾਨਸਾ ਬਲਵਿੰਦਰ ਸਿੰਘ ਚਾਨਾ ਚ ਰਾਮਗੜੀਆ ਰਤੀਆ ਗਗਨਦੀਪ ਸਿੰਘ ਧਾਲੀਵਾਲ ਜੀਵਨ ਸਿੰਘ ਵਾਲਾ ਤੇਗਵੀਰ ਭੁੱਲਰ ਚੰਡੀਗੜ੍ਹ ਬਾਬਾ ਫੈਮਿਲੀ ਜੋਗਾ ਅਮਨਜੋਤ ਸਿੰਘ ਸੰਗਰੂਰ ਕਰਮਜੀਤ ਮੁਦਕੀ ਫਿਰੋਜ਼ਪੁਰ ਨਰਿੰਦਰ ਕੁਮਾਰ ਸਵੀਡਨ ਤਰਸੇਮ ਸ਼ਰਮਾ ਬਲਵਿੰਦਰ ਸਿੰਘ ਅਤੇ ਜਗਮੇਲ ਕੌਰ ਕੋਟਸ਼ਮੀਰ ਮੈਲਡਾ ਰੱਬੀ ਜਗਤਾਰ ਘੁੰਮਣ ਸਿੱਧਵਾ ਮੇਟ ਨੇੜੇ ਜਗਰਾਓਂ ਸਟਾਫ ਮੈਂਬਰ ਹੈ ਸਾਡਾ ਦੁੱਧ ਦਾ ਕੰਮ ਕਰਦੇ ਨੇ ਸ਼ੁਕਰੀਆ ਜੀ ਮਿਹਰਬਾਨੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪਿੰਡੂ ਵਿਰਸਾ ਦੇ ਨਾਲ